ਸਲਾਮ ਅਲੈਕਮ ਮੇਰੇ ਪ੍ਰਣਾ ਪ੍ਰਭਾ ਅੱਲਾ ਤੱਲਾ ਤੁਹਾਨੂੰ ਡੇਢ ਸਾਰੀਆਂ ਖੁਸ਼ੀਆਂ ਰਹਿਤਾਂ ਬਰਕਤਾਂ ਤਾ ਫਰਮਾਏ ਅੱਜ ਇਤਵਾਰ ਦਾ ਦਿਨ ਹੈ ਤੇ ਸਾਡੇ ਇਧਰ ਕੁਝ ਸنو ਵੀ ਪਈ ਹੈ ਤੇ ਧੂਪ ਵੀ ਨਿਕਲੀ ਹੈ ਤਾਂ ਆਖਿਆ ਚਲੋ ਅੱਜ ਨਾ ਕੁਝ ਹੋਰ ਬ੍ਰੇਕਫਾਸਟ ਕਰਨੇ ਆ ਹੋਰ ਤਰੀਕੇ ਦਾ ਅਸੀਂ ਚਾਹ ਇੱਕ ਸਾਈਡ ਤੇ ਰੱਖ ਲਈ ਹੈ दालचीनी इलाची डाल लो पत्तिया डाल टी बैग तो फिर अस दो ब्रैड लेने गलास की मदद न सुराख कर लिने दसने कि अगर कर दबा के नहीं इस तरह फिर ਅ ਮੇਂ ਦਾਲ ਚੋਂ ਨਿਕਲਾਵੰਦੇ ਬ੍ਰੈਡ ਦੇ ਪੀਸ ਫੇਰ ਖੁਦਾ ਬੱਲਾ ਕਰੇ ਇਹਨੂੰ ਐਸੀ ਨਾ ਛੋਟੇ ਜਿਹੜੇ ਪੀਸ ਨਿਕਲੇ ਇਹਨਾਂ ਨੂੰ ਜਰਾ ਕੀ ਥੋੜਾ ਥੋੜਾ ਨਾ ਫਰਾਈ ਕਰਨਾ ਤੇ ਬਟਰ ਡਾਲ ਕੇ ਹਾਂ ਤੇ ਉਹ ਵੀ ਜ਼ਾਇਰਾ ਜ਼ਾਇਆ ਤੇ ਨਹੀਂ ਕਰਨਾ ਅੱਲਾ ਤਾਲਾ ਦਾ ਰਿਜ਼ਕ ਹੈ ਜਬ ਯਸ ਵੀ ਵਲੌਗ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਸਬਸਕ੍ਰਾਈਬ ਖਾਲੀ ਤੁਸੀਂ ਇੱਕ ਵਾਰੀ ਕਰਨਾ ਆਉਂਦਾ ਘੜੀ ਘੜੀ ਕੀਤਾ ਨਾ ਖਤਮ ਹੋ ਜਾਂਦਾ ਤੇ ਜਿੰਨਾ ਮੇਰੀਆਂ ਭੈਣਾਂ ਪਰਾਵਾਂ ਨੇ ਇੱਕ ਵਾਰੀ ਕਰ ਲੈਣ ਉਹ ਫਿਰ ਦੁਬਾਰਾ ਨਾ ਕਰਨ ਆ ਕੇ ਮਨੂ ਪੁੱਛਦੇ ਨੇ 8000 ਵੀਡੀਓ ਤੇ ਕਰਨੇ ਆਪੇ ਉਹ ਖਤਮ ਹੋ ਜਾਂਦਾ ਸਬਸਕ੍ਰਾਈਬ ਜਿਹੜਾ ਨਲ ਕੀਤਾ ਨੇ ਤੇ ਇਹ ਜੀ ਅਸੀਂ ਹੁਣ ਬਟਰ ਲਾ ਲਨੇ ਆ ਤੁਸੀਂ ਕੁਕਿੰਗ ਆਇਲ ਵੀ ਲਗਾ ਸਕਦੇ ਹੋ ਅਸੀਂ ਆਖੇ ਚਲੋ ਬਟਰ ਲਾ ਲੈਨੇ ਆ ਜਰਾ ਥੋੜਾ ਥੋੜਾ ਮੱਖਣ ਇਹ ਐਸੀ ਡਾਲ ਲਿਆ ਉੱਪਰ ਜਰਾ ਕੀ ਥੋੜਾ ਕੀ ਜਿਤਨੀ ਦੇ ਚ ਬਰੋਨੋਂ ਦਾ ਨਾਲ ਅੰਡਾ ਫੈਂਟ ਕੇ ਨਾ ਮਿੱਡਲ ਚ ਡਾਲ ਲੈਨੇ ਆ ਇਥੇ ਥੋੜਾ ਕੀ ਬਟਰ ਲਾ ਕੇ ਇਹ ਨੀਚੇ ਨਾ ਚਮਟੇ ਆਂਟਾ ਨਾ ਬਟਰ ਵੀ ਕਿਸੇ ਵੇਲੇ ਨਾ ਜ਼ਿੱਦ ਕਰ ਜਾਂਦਾ ਕਿ ਚਮਚ ਨਾਲ ਮੈਂ ਵੀ ਨਹੀਂ ਲੈਣਾ ਨਾ ਹੋਏ ghee ਹੋਵੇ ਦੇਸੀ ਦੂਸਰਾ ਫਿਰ ਇਹ ਅਸੀਂ ਨਾ ਅੰਡਾ ਡਾਲ ਲਿਆ ਤੋੜ ਕੇ ਤੇ ਇਹ ਹੋਣ ਅਸੀਂ ਨਾ ਇਹ ਬਸ 3-4 ਮਿੰਟ ਲਾ ਦੇ ਨੇ ਬਣਾਨੇ ਆਓ ਥੋੜੀ ਦੇ ਉੱਪਰ ਨਾ ਬਲੈਕ ਪੀਪਰ ਕਾਲੀ ਮਿਰਚ ਡਾਲ ਲੈਣਿਆ ਥੋੜਾ ਕੀ ਨਮਕ ਡਾਲ ਲੈਣਿਆ ਸੌਲਟ ਇਹ ਚੁਟਕੀ ਲਈ ਹੈ ਨਾ ਬਸ ਜੇ ਤੁਹਾਡਾ ਦਿਲ ਹੈ ਇਸ ਤਰ੍ਹਾਂ ਖਾਣੇ ਤੇ ਜਰਾ ਕੀ ਕੱਚਾ ਅੰਡਾ ਫਰਾਈਓ ਜਾਂ ਤਾਂ ਜੇ ਨਹੀਂ ਤੇ ਫਿਰ ਇਹਨੂੰ ਤੁਸੀਂ ਪਲਟ ਲਓ ਜਿਸ ਨਾਲ ਨੀਚੋਂ ਜਰਾ ਕੀ ਪੱਕ ਜਾਂਦਾ ਹੈ ਇਹ ਉੱਪਰ ਥੋੜਾ ਕੀ ਢਕਣਾ ਦੰਨੇ ਆ ਕਿ ਜਰਾ ਕੀ ਗਰਮੈਚ ਨਾਲ ਸ਼ੀਟ ਲੱਗੇ ਤੇ ਵੈਸੀ ਪੱਕ ਜੇ ਸਾਡੀ ਚਾਹ ਮਾਸ਼ਾਅੱਲਾ ਬਣ ਗਈ ਹੈ ਕੜਕ ਚਾਹ ਅੱਜ ਬਹੁਤ ਪਿਆਰਾ ਮੌਸਮ ਹੈ ਧੂਪ ਨਿਕਲੀ ਹੈ ਰਾਤ ਨੂੰ ਅੱਲਾਹ ਤਾਲਾ ਦੇ ਕਿਤਨੇ ਰੰਗ ਨੇ ਮਾਸ਼ਾਅੱਲਾ ਸੁਭਾਨ ਅੱਲਾਹ ਰਾਤ ਨੂੰ ਸنو ਪਈ ਹੈ ਤੇ ਸਵੇਰ ਉੱਠਿਆ ਤੇ ਧੂਪ ਨਿਕਲੀ ਹੈ ਐਸੀ ਨਾ ਫਿਰ ਅੰਡਾ ਨਾ ਪਲਟ ਲਿਆ ਨਾ ਇਸ ਤਰ੍ਹਾਂ ਇੱਕ ਸਾਈਡ ਤੋਂ ਪੱਕ ਗਿਆ ਉਹ ਦੂਸਰੀ ਸਾਈਡ ਵਾਲਾ ਨਾ ਲੱਗਿਆ ਪੱਕਣਾ ਫਿਰ ਚਮਚੇ ਦੀ ਮਦਦ ਨਾਲ ਨਸ ਨਿਕਾਲਾ ਨੇ ਦੇਖਿਆ ਅੱਗੇ ਪਿੱਛੇ ਹੁੰਦਾ ਹੈ ਕਿ ਇਹਦਾ ਮਤਲਬ ਹੈ ਕਿ ਬ੍ਰੈਡ ਜਿਹੜੇ ਨਾ ਨਾ ਚਿਮਟਿਆ ਨਹੀਂ ਹੈ ਤੇ ਉਹ ਅਸੀਂ ਕਢਾਲ ਸਕਨੇ ਆ ਐ ਹੁਣ ਅਸੀਂ ਦੂਸਰਾ ਬ੍ਰੈਡ ਬ੍ਰੈਡ ਡਾਲ ਲਿਆ ਉਹਦੀ ਇੱਕ ਸਾਈਡ ਹੈ ਜ਼ਰਾ ਕੀ ਥੋੜੀ ਪਕ ਲੈ ਤੇ ਇਹਨੂੰ ਅਸੀਂ ਨਾ ਪਲਟਣਾ ਨਹੀਂ ਅੰਡਾ ਡਾਲ ਕੇ ਇੱਕ ਸਾਈਡ ਪਕਾ ਕੇ ਨਾ ਫਿਰ ਦੂਸਰੀ ਸਾਈਡ ਪਲਟ ਕੇ ਫਿਰ ਅੰਡਾ ਡਾਲਾ ਨੇ ਇਸ ਤਰ੍ਹਾਂ ਇਹ ਜ਼ਰਾ ਦੇਖਿਆ ਉਪਰ ਨੀਚੇ ਵਾਲੀ ਸਾਬਦਾਨਾ ਥੋੜਾ ਕੀ ਬਰੌਂਡਿਆ ਹੋ ਗਿਆ ਹੈ ਪੱਕ ਗਿਆ ਹੈ ਉਹਨਾਂ ਅੰਡਾ ਡਾਲਨੇ ਆ ਥੋੜਾ ਕੀ ਬਟਰ ਲਾ ਲਈਏ ਨਾ ਐਵੇਂ ਡਾਕੇ ਕਿ ਮੈਂ ਤੇ ਨਹੀਂ ਜ ਲੈਣਾ ਆ ਹੁਣ ਬਰੈਡ ਨਾਲ ਚਮਟਿਆ ਰਿਆ ਨੇ ਬਟਰ ਲਾਨੇ ਤੇ ਫਿਰ ਤਾਂ ਨਾ ਨੀਚੇ ਹੋ ਸਹੀ ਨਾ ਫਰਾਈ ਹੋਵੇ ਦਾ ਵੈਸੇ ਤੇ ਜ਼ਿਆਦਾ ਫਿਰ ਐਸੀ ਡਾਲ ਲਿਆ ਉੱਪਰ ਥੋੜਾ ਕੀ ਕਾਲੀਆਂ ਮਿਰਚਾਂ ਮੈਂ ਮਿਰਚ ਪਾਊਡਰ ਡਾਲਿਆ ਕਾਲੀ ਮਿਰਚ ਜਿਹੜੀ ਬਲੈਕ ਪੀਪਰ ਫਿਰ ਉਹਨੂੰ ਥੋੜਾ ਕੀ ਨਮਕ ਡਾਲਨੇ ਆ ਇਨਵਰਸ ਇਸ ਤਰੀਰੇ ਖਾਂਦੇ ਇਹਨੂੰ ਨਹੀਂ ਅੱਸੀ ਪਲਟਣਾ ਦੇਖਨੇ ਆ ਸਾਡੇ ਕਿਹੜੇ ਬਰੈਡ ਤੇ ਨਾ ਜ਼ਿਆਦਾ ਨਾ ਸਜਾਵਟਾਂ ਦੀ ਏ ਮਾਸ਼ੱਲਾ ਦੇਖੋ ਜੀ ਅੰਡਾ ਤਾਂ ਬਿਲਕੁਲ ਪਰਫੈਕਟ ਬਣਿਆ ਹੈ। ਇਹ ਕਦੇ ਕੋਈ ਮਮਾਨ ਆਵੇ ਚਲੋ ਮਮਾਨ ਵੇ ਖੁਸ਼ ਹੋ ਜਾਂਦਾ ਜੀ ਮੇਰੀ ਬੜੀ ਖidmat ਕਰਦੇ ਨੇ ਪੇ। ਸਾਨੂੰ ਆਮਲੇਟ ਬਣਾ ਕੇ ਦਿੱਤਾ ਨਹੀਂ ਇਸ ਤਰ੍ਹਾਂ ਦਾ। ਤੇ ਐਸੀ ਇੱਕ ਜਿਹੜਾ ਨਾ ਐ ਜੇ ਕੋਈ ਇੱਕ ਨਾ ਖਾਣਾ ਪਸੰਦ ਕਰਦਾ ਤਾਂ ਤੇ ਜੇਕਰ ਕੋਈ ਖਾਣਾ ਪਸੰਦ ਕਰਦਾ ਤਾਂ। ਇਹ ਦੇਖਿਆ ਕੱਚਾ ਕਚਾ ਅੰਡਾ ਨਾ। ਮੇਰੇ ਬੱਚੇ ਐ ਕੱਚਾ ਜਾ ਵੀ ਖਾ ਲੈਂਦੇ ਨੇ ਪਸੰਦ ਕਰਦੇ ਨੇ ਸਾਡੀ ਚਾਹ ਵੀ ਬਣ ਗਈ ਐ ਦਵਾਵਾਂ ਯਾਦ ਰੱਖਿਓ ਪੰਜਾਬੀ ਐਸ ਵੀ ਵਲੌਗ ਨੂੰ ਜਿਹੜਾ ਲਾਈਕ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਜਿਹੜੇ ਇਹ ਤੱਕ ਜਿਨ੍ਹਾਂ ਨੇ ਨਹੀਂ ਕੀਤਾ ਸਬਸਕ੍ਰਾਈਬ ਉਹ ਜ਼ਰੂਰ ਕਰਿਓ ਤੇ ਦਵਾਵਾਂ ਯਾਦ ਰੱਖਿਓ ਅੱਲਾਹ ਤਾਲਾ ਸਾਡੇ ਸਾਰਿਆਂ ਦੇ ਮਾ ਰਮਜ਼ਾਨ ਆ ਰਿਹਾ ਹੈ ਫਜ਼ਲ ਕਰਮ ਰਹਿਮਤ ਕਰੇ ਸਾਨੂੰ ਇਹ ਮਾਦੇ ਰੋਜ਼ੇ ਰੱਖਣੇ ਦੀ ਕਬੂਲ ਕਰੇ ਅੱਲਾਹ ਹਾਫਿਜ਼